ਮੰਤਰੀ ਜੀ ਆਏ ਨੇ, ਵਾਹ ਜੀ ਵਾਹ, ਜ਼ਿੰਦਾਬਾਦ ਹੋ ਗਿਆ ਕੰਮ। ਕਿਉਂਕਿ ਅੱਜ ਮਲਵਈ ਕਿੱਦਾਂ ਪੈਣਾ ਜੀ ਟੀ ਵੀ ਹਾਲ ਦੇ ਵਿੱਚ, ਇਹਨਾਂ ਬੈਂਚਾਂ ਤੋਂ ਉੱਠ ਉੱਠ ਕੇ ਨਾ ਕਈ ਬੰਦੇ ਕਿਤੇ ਦੇ ਕਿਤੇ ਪਹੁੰਚ ਗਏ ਨੇ। ਹਾਂ ਕਈ ਕਿਤੇ ਵੀ ਨਹੀਂ ਪਹੁੰਚੇ, ਉਹਨਾਂ ਦੀ ਮਰਜ਼ੀ ਆਪਣੀ ਹੈ। ਇੱਥੇ ਕੌਫੀ ਕਈ ਤਰ੍ਹਾਂ ਦੀ ਸਾਰੇ ਲੈ ਲੈਂਦੇ ਨੇ। ਯੂਨੀਵਰਸਿਟੀ ਦੀਆਂ ਕੰਧਾਂ ਨਾ ਇਹ ਤਾਂ ਪੋਸਟਰਾਂ ਨਾਲ ਲੱਦੀ ਵਧੀਆ ਲੱਗਦੀ ਆ ਮੈਨੂੰ ਤਾਂ। ਜੇ ਹੁਣ ਇੱਥੇ ਲਿਖ ਦਿੱਤਾ ਜਾਏ ਵੀ ਇੱਥੇ ਪੋਸਟਰ ਲਾਉਣਾ ਮਨਾ ਹੈ ਤਾਂ ਫਿਰ ਤਾਂ ਗੱਲ ਜੀ ਇਹਨਾਂ ਨੂੰ ਬਣਨੀ ਹੈਗੀ। 100 ਰੁਪਈਆ ਹੋਰ ਪੀਪਲ ਰੁਪਈਏ ਵਿੱਚੋਂ 30 ਨਿਕਲਣੇ ਨੇ। ਇੱਕ ਥੋੜ੍ਹੀ ਜਿਹੀ ਨਿਰਾਸ਼ਾ ਬੜੀ ਹੋਈ ਹੈ। ਵੈਸੇ ਮੈਂ ਬੜੇ ਚਿਰਾਂ ਬਾਅਦ ਇਸ ਥਾਂ 'ਤੇ ਆ ਕੇ ਬੈਠਣ ਲੱਗਾ ਅਤੇ ਇਹ ਮਤਲਬ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕ ਇੱਥੇ ਬਹਿੰਦੇ ਨੇ, ਪਿੰਡਾਂ 'ਚੋਂ ਸ਼ਹਿਰਾਂ 'ਚੋਂ ਪੰਜਾਬ ਦੇ ਕੋਨੇ ਕੋਨੇ 'ਚੋਂ ਆ ਕੇ। ਬੜਾ ਇੱਧਰ ਵੇਖੋ ਬਣਿਆ ਕੀ ਉਹ, ਬੱਲੇ ਬੱਲੇ ਬੱਲੇ। ਇਹ ਤਾਂ ਮੈਂ ਦੂਰੋਂ ਹੀ ਤਾਰੀਫ ਕਰੀ ਜਾਂਦਾ ਇਸ ਚੀਜ਼ ਦੀ। ਮੰਤਰੀ ਜੀ ਆਏ ਨੇ, ਵਾਹ ਜੀ ਵਾਹ, ਜ਼ਿੰਦਾਬਾਦ ਹੋ ਗਿਆ ਕੰਮ। ਇੱਥੇ ਆਸ਼ਕ ਲੋਕਾਂ ਦੇ ਲਈ ਇੱਕ ਕਿਤਾਬ ਵੀ ਲਾਂਚ ਹੋਈ ਹੈ। ਜਿਨ੍ਹਾਂ ਨੂੰ ਇਸ਼ਕ ਦੀ ਤੋੜ ਲੱਗੀ ਹੋਵੇ ਕਦੇ ਮੈਂ ਖਾਣੇ ਉਹਨਾਂ ਦਾ ਰਾਹ ਨਹੀਂ ਡੱਕਦੇ। ਅਤੇ ਬੁੱਕ ਦਾ ਨਾਮ ਬੰਦੇ ਨੇ ਰੱਖਿਆ ਹੈ ਇਸ਼ਕ ਮੈਂ ਖਾਣਾ ਚੰਮ ਚੰਮ ਮੇ ਵੀ ਉਹਦਾ ਹੀ ਆਪਣਾ ਨਾਮ ਰੱਖਿਆ ਹੋਵੇ ਲੇਖਕ ਨੇ। ਸੋ ਇਹ ਵੀ ਇਸ ਮੇਲੇ ਦੀ ਅੱਜ ਹਿੱਸਾ ਬਣਿਆ, ਪਾਰਟ ਬਣਿਆ। ਇਸ ਵਕਤ ਤੁਹਾਨੂੰ ਸਵੇਰੇ ਦਿਖਾ ਦਿੱਤਾ ਸੀ ਕਿ ਇੱਥੋਂ ਪੋਸਟਰ ਮਿਲ ਰਹੇ ਨੇ, ਕਿਤਾਬਾਂ ਮਿਲ ਰਹੀਆਂ ਨੇ ਅਤੇ ਨੌਜਵਾਨੀ ਭੰਗੜੇ ਪਾ ਰਹੀ ਹੈ, ਗਿੱਧੇ ਪਾ ਰਹੀ ਹੈ। ਤੁਸੀਂ ਆ ਵੇਖੋ ਚਿੱਟੇ ਚਿੱਟੇ ਕੱਪੜਿਆਂ ਦੇ ਵਿੱਚ ਮੁੰਡੇ, ਇਹ ਸਾਰੇ ਮਲਵਈ ਗਿੱਧੇ ਵਾਲੇ ਨੇ। ਕਿਉਂਕਿ ਅੱਜ ਮਲਵਈ ਗਿੱਧਾ ਪੈਣਾ ਜੀ ਟੀ ਵੀ ਹਾਲ ਦੇ ਵਿੱਚ। ਕਿਹੜੇ ਹਾਲ ਦੇ ਵਿੱਚ? ਸ਼੍ਰੀ ਗੁਰੂ ਤੇਗ ਬਹਾਦਰ, ਗੁਰੂ ਤੇਗ ਬਹਾਦਰ ਹਾਲ, ਇੱਥੇ ਪੈਣੇ ਨੇ ਭੰਗੜੇ। ਆਓ ਖਾਂਦੇ ਹਾਂ ਤੁਹਾਨੂੰ। ਆਰਟਿਸਟ ਸਕਿੱਟ ਵਾਲੇ ਜਿਹੜੇ ਕਲਾਕਾਰ ਨੇ ਉਹਨਾਂ ਦਾ ਇੱਥੇ ਮੇਕਅਪ ਕਰ ਰਹੇ ਨੇ ਬਜ਼ੁਰਗ ਦੇ ਕਿਰਦਾਰ ਲਈ। ਉੱਥੇ ਜਾਣਾ ਜੀ ਟੀ ਵੀ ਹਾਲ ਦੇ ਵਿੱਚ। ਇੰਟਰ ਜ਼ੋਨ ਭੰਗੜਾ ਜਿੱਤਣ ਤੋਂ ਬਾਅਦ ਭੰਗੜੇ ਦੀ ਟੀਮ ਜਿਹੜੀ ਵੇਖੋ ਵੱਖ ਵੱਖ ਪੋਜ਼ਾਂ ਦੇ ਵਿੱਚ ਮੁੰਡੇ ਫੋਟੋਆਂ ਖਿਚਾਉਂਦੇ ਫਿਰਦੇ ਨੇ। ਇਹ ਮੁੰਡੇ ਜੋੜੀਆਂ 'ਚ ਨੱਚੇ ਹਰੇ ਵਾਲੇ ਅਤੇ ਹੁਣ ਫੋਟੋਆਂ ਖਿਚਾਉਂਦੇ ਫਿਰਦੇ ਨੇ। ਹਾਂ ਠੀਕ ਹੈ, ਮੁਬਾਰਕਾਂ ਹੋ ਗਈਆਂ ਸ਼ਾਬਾਸ਼। ਅਤੇ ਸਾਰੇ ਲੋਕ ਹੁਣ ਵੱਖੋ ਵੱਖ ਆਪਣੇ ਯਾਰਾਂ ਦੋਸਤਾਂ ਪੁਰਾਣਿਆਂ ਨੂੰ ਸਾਰਿਆਂ ਨੂੰ ਮਿਲਦੇ ਨੇ ਇੱਥੇ। ਅਤੇ ਮੇਨ ਸਟੇਜ ਜਿਹੜੀ ਆ ਜੀ ਟੀ ਵੀ ਹਾਲ ਹੈ ਅਤੇ ਉਹ ਹੈਗੀ ਆ ਉੱਧਰ ਕਲਾ ਭਵਨ, ਅਤੇ ਉਸ ਤੋਂ ਬਾਅਦ ਉਹ ਮੇਨ ਇਮਾਰਤ ਹੈ ਪੰਜਾਬੀ ਯੂਨੀਵਰਸਿਟੀ ਦਾ ਲੋਗੋ ਜਿਹਨੂੰ ਆਪਾਂ ਕਹਿੰਦੇ ਹਾਂ। ਅਤੇ ਉਹ ਰੁੱਖਾਂ ਦੇ ਮਗਰ ਜਿਹੜੀਆਂ ਲੋਕ ਕਲਾਵਾਂ ਨੇ, ਕੋਮਲ ਕਲਾਵਾਂ ਨੇ, ਉਹਨਾਂ ਦਾ ਜਿਹੜਾ ਮੁਕਾਬਲਾ ਉੱਥੇ ਚੱਲਦਾ ਪਿਆ। ਉੱਧਰ ਮਾਰਦੇ ਨਿਗਾਹ ਇਹਨਾਂ ਸੰਗੀਤਕ ਆਈਟਮਾਂ ਨਾਲ, ਵੇਖੀਏ ਵੀ ਕੀ ਕਾਰਗੁਜ਼ਾਰੀ ਚੱਲ ਰਹੀ ਆ ਉੱਥੇ। ਆਓ ਲੈ ਕੇ ਚੱਲਦੇ ਹਾਂ ਕਲਾ ਭਵਨ। ਹੁਣ ਆਪਾਂ ਦੋਸਤੋ ਪਹੁੰਚੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ, ਅਤੇ ਉਹ ਪਿੱਛੇ ਫੋਟੋਗ੍ਰਾਫੀ ਹੋ ਰਹੀ ਹੈ, ਉਹਨਾਂ ਨੂੰ ਕਰਨ ਦਿਓ, ਚਲੋ ਆ ਗਏ ਨੇ। ਹੁਣ ਆਪਾਂ ਤੁਹਾਨੂੰ ਗੋਲ ਮਾਰਕੀਟ ਲੈ ਕੇ ਜਾਣਾ ਪੰਜਾਬੀ ਯੂਨੀਵਰਸਿਟੀ ਦੀ। ਲਓ ਜੀ ਇਹ ਰਾਹ ਜਾਂਦਾ ਜੇ ਵੇਖੋ ਅੱਗੇ ਉੱਧਰ ਹੀ ਭਾਈ ਕਾਨ ਸਿੰਘ ਨਾਭਾ ਲਾਇਬ੍ਰੇਰੀ, ਅਤੇ ਇੱਧਰ ਹੈਗੇ ਨੇ ਸਾਰੇ ਉਹ ਯੂਕੋ ਡਿਪਾਰਟਮੈਂਟ ਅਤੇ ਮੈਨੇਜਮੈਂਟ ਡਿਪਾਰਟਮੈਂਟ, ਅਤੇ ਆ ਵਿਚਾਲੇ ਪੈਂਦੀ ਆ ਗੋਲ ਮਾਰਕੀਟ। ਇੱਥੇ ਰੌਣਕ ਸਦਾ ਇੱਦਾਂ ਹੀ ਯਾਨੀ ਕਿ ਬਰਕਰਾਰ ਰਹਿੰਦੀ। ਅੱਜ ਤਾਂ ਫਿਰ ਵੀ ਯੂਥ ਫੈਸਟੀਵਲ ਦੇ ਦਿਨ ਨੇ ਨਾ, ਅਦਰਵਾਈਜ਼ ਵੀ ਇੱਥੇ ਕਿਉਂਕਿ ਇਹ ਮਾਰਕੀਟ ਕੋਈ ਸ਼ਹਿਰਾਂ ਵਾਲਿਆਂ ਵਾਸਤੇ ਨਹੀਂ, ਮੇਰੇ ਜਿਹੜੇ ਹੋਸਟਲ 'ਚ ਰਹਿੰਦੇ ਨੇ ਬੱਚੇ ਸਾਰੇ ਉਹਨਾਂ ਵਾਸਤੇ ਹਰੇਕ ਤਰ੍ਹਾਂ ਦੀ ਜਿਹੜੀ ਸੁਵਿਧਾ ਇੱਥੇ ਹੈਗੀ ਹੈ। ਸਕੋਲਰਸ ਆਉਂਦੇ ਨੇ ਆਪਣੇ ਕੋਈ ਪ੍ਰਿੰਟ ਆਊਟ ਕਢਾਉਣ, ਇੱਥੇ ਮਹਿਫਲਾਂ ਲੱਗਦੀਆਂ। ਇਹ ਮਤਲਬ ਜਗ੍ਹਾ ਇੱਕੋ ਰਹਿੰਦੀ ਹੈ, ਇਹਨਾਂ ਬੈਂਚਾਂ ਤੋਂ ਉੱਠ ਉੱਠ ਕੇ ਨਾ ਕਈ ਬੰਦੇ ਕਿਤੇ ਦੇ ਕਿਤੇ ਪਹੁੰਚ ਗਏ ਨੇ। ਹਾਂ ਕਈ ਕਿਤੇ ਵੀ ਨਹੀਂ ਪਹੁੰਚੇ, ਉਹਨਾਂ ਦੀ ਮਰਜ਼ੀ ਆਪਣੀ ਹੈ।
ਮਤਲਬ ਕੰਧਾਂ ਨਾ, ਮੇਰਾ ਇਹ ਮੰਨਣਾ ਵੀ ਯੂਨੀਵਰਸਿਟੀ ਦੀਆਂ ਕੰਧਾਂ ਨਾ, ਇਹ ਤਾਂ ਪੋਸਟਰਾਂ ਨਾਲ ਲੱਦੀ ਵਧੀਆ ਲੱਗਦੀ ਆ ਮੈਨੂੰ ਤਾਂ। ਜੇ ਹੁਣ ਇੱਥੇ ਲਿਖ ਦਿੱਤਾ ਜਾਏ ਵੀ ਇੱਥੇ ਪੋਸਟਰ ਲਾਉਣਾ ਮਨ੍ਹਾ ਹੈ, ਤਾਂ ਫਿਰ ਤਾਂ ਗੱਲ ਜੀ ਇਹਨਾਂ ਨੂੰ ਬਣਨੀ ਹੈਗੀ। ਇਸ ਕਰਕੇ ਜਿਹੜਾ ਵੀ ਕੋਈ ਕਿਤੇ ਕੋਈ ਇਵੈਂਟ ਹੋ ਰਹੀ ਹੈ ਉਹ ਲਿਖ ਦਿੰਦੇ ਨੇ। ਅਤੇ ਆਹ ਵੇਖੋ ਜੀ, ਇੱਧਰ ਆ ਪੂਰਾ ਗੋਲ ਮਾਰਕੀਟ ਦਾ ਨਜ਼ਾਰਾ। ਆਹ ਗੋਲ ਮਾਰਕੀਟ ਹੈ, ਇਹ ਲਾਈਨ ਮਾਰਕੀਟ ਕਹਿੰਦਾ ਇਹਨੂੰ ਮੈਂ। ਅਤੇ ਉਹ ਹੈਗਾ ਬੈਂਕ, ਬੈਂਕ ਦੇ ਵਿੱਚੋਂ ਤੁਸੀਂ ਕਢਾਓ ਆਪਣੇ ਪੈਸੇ ਅਤੇ ਭਰੋ ਫੀਸਾਂ, ਸੁਵਿਧਾ ਦਿੱਤੀ ਗਈ ਹੈ। ਅਤੇ ਇਹ ਹੈ ਜੀ ਬੈਂਕ ਯੂਨੀਵਰਸਿਟੀ ਦੇ ਵਿੱਚ, ਸਟੇਟ ਬੈਂਕ ਆਫ ਪਟਿਆਲਾ ਦੀ ਬ੍ਰਾਂਚ, ਨਹੀਂ ਸਟੇਟ ਬੈਂਕ ਆਫ ਇੰਡੀਆ ਜੋ ਕਿ ਪਹਿਲਾਂ ਪਟਿਆਲਾ ਸੀ। ਅਤੇ ਉਸ ਤੋਂ ਬਾਅਦ ਅੱਗੇ ਹੈ ਜੀ ਵੇਰਕਾ, ਵੇਰਕਾ ਦਾ ਬੂਥ ਹਲੇ ਬੰਦ ਲੱਗਦਾ ਮੈਨੂੰ, ਜਾਂ ਮਤਲਬ ਓਵਰ ਹੋ ਗਿਆ ਹੋਣਾ ਕੰਮ। ਅਤੇ ਉਹ ਕੈਫੇ ਵਾਲੀ ਚੀਜ਼ ਹੈ, ਇੱਥੇ ਜ਼ਿਆਦਾ ਭੀੜ ਵੇਖੋ, ਇੱਥੇ ਸਾਰਾ ਯੂਥ ਹੈ, ਕੌਫੀ ਹੈ, ਨੈਸਕੈਫੇ ਦਾ ਚੱਲ ਰਿਹਾ ਸਾਰਾ। ਇੱਥੇ ਕੌਫੀ ਕਈ ਤਰ੍ਹਾਂ ਦੀ ਸਾਰੇ ਲੈ ਲੈਂਦੇ ਨੇ। ਸਾਹਮਣੇ ਹੈਗਾ ਐਗਜ਼ਾਮੀਨੇਸ਼ਨ ਬਲਾਕ, ਅਤੇ ਉਹ ਪਰਲੇ ਪਾਸੇ ਫਿਰ ਉਹੀ ਭਗਵਾਨ ਦਾਸ ਦੀ ਕੰਟੀਨ, ਅਤੇ ਨਾਲ ਆ ਜਾਏਗਾ ਫਿਰ ਆਪਣੀ ਭਾਈ ਕਾਨ ਸਿੰਘ ਨਾਭਾ ਲਾਇਬ੍ਰੇਰੀ। ਸੋ ਇਸ ਕਰਕੇ ਅੱਜ ਗੋਲ ਮਾਰਕੀਟ ਤੋਂ ਸਫ਼ਰ ਸ਼ੁਰੂ ਕਰਕੇ ਅਤੇ ਆਪਾਂ ਇਸ ਪਾਸੇ ਨੂੰ ਆ ਗਏ ਹਾਂ, ਅਤੇ ਵਧੀਆ ਲੱਗਦਾ ਦੇਖਣਾ ਕਰਨਾ। ਇੱਥੇ ਕਈ ਵਾਰੀ ਸਾਡਾ ਡੀ ਐਮ ਸੀ ਨਹੀਂ ਸੀ ਆਉਂਦਾ ਹੁੰਦਾ, ਅਤੇ ਜਿਨ੍ਹਾਂ 'ਤੇ ਅੱਜ ਵੀ ਨਹੀਂ ਆਉਂਦੇ ਡੀ ਐਮ ਸੀ ਕਾਲਜ ਦੇ ਵਿੱਚ, ਅਤੇ ਕਿਸੇ ਕਾਰਨ ਕਰਕੇ ਜੇ ਪਹਿਲਾਂ ਮੈਂ ਰਿਜ਼ਲਟ ਆਪਣਾ ਤੁਸੀਂ ਲੈਣਾ ਚਾਹੁੰਦੇ ਹੋ, ਇਸ ਕਰਕੇ ਉਹ ਪਹਿਲਾਂ ਇੱਥੇ ਆ ਜਾਂਦੇ ਨੇ। ਜਿਨ੍ਹਾਂ ਦੇ ਕੋਈ ਡੀ ਐਮ ਸੀ ਦਾ ਪੰਗਾ ਹੁੰਦਾ ਉਹ ਬੱਚੇ ਵੀ ਇੱਥੇ ਆ ਕੇ ਆਪਣਾ ਰਿਜ਼ੋਲਵ ਕਰਦੇ ਨੇ ਇਸ਼ੂ। ਅਤੇ ਇਹ ਰਾਹ ਜਾਂਦਾ ਸਾਹਮਣੇ ਜਾਏਗਾ ਇਹ ਆਪਣਾ ਭਾਈ ਕਾਨ ਸਿੰਘ ਨਾਭਾ ਲਾਇਬ੍ਰੇਰੀ ਟੱਪ ਕੇ ਅੱਗੇ ਖੱਬੇ ਪਾਸੇ ਸਪੋਰਟਸ ਆ ਜਾਏਗਾ। ਅਤੇ ਯੂਨੀਵਰਸਿਟੀ ਦੇ ਵਿੱਚ ਤਾਂ ਇੱਕ ਖਰੇ ਕਿੰਨੇ ਕੁ ਪਿੰਡ ਕਿੰਨੇ ਕੁ ਤਰ੍ਹਾਂ ਦੇ ਵੱਸਦੇ ਨੇ, ਕਿਉਂਕਿ ਪੰਜਾਬ ਦੇ ਕੋਨੇ ਕੋਨੇ ਤੋਂ, ਪੰਜਾਬ ਤੋਂ ਬਾਹਰੋਂ ਵੀ ਬੱਚੇ ਇੱਥੇ ਬੜੇ ਆਉਂਦੇ ਨੇ। ਪੰਜਾਬ ਤੋਂ ਛੱਡੋ, ਇੰਡੀਆ ਤੋਂ ਬਾਹਰੋਂ ਵੀ ਬੱਚੇ ਆਉਂਦੇ ਨੇ। ਆ ਦੋ ਜਿਹੜੀਆਂ ਬੀਬੀਆਂ ਤੁਰੀਆਂ ਆ ਰਹੀਆਂ ਨੇ, ਇਹ ਸ਼ਾਇਦ ਇਥੋਪੀਆ ਜਾਂ ਸਾਊਥ ਅਫਰੀਕਨ ਜਿਹੜੀਆਂ ਕੰਟਰੀਜ਼ ਨੇ ਉਹਨਾਂ ਤੋਂ ਨੇ ਇਹ। ਮੈਂ ਤਾਂ ਇਹਦਾ ਮੈਂ ਵੱਖਰਾ ਬਣਾਇਆ ਬਲੌਗ ਇੱਕ ਭਗਵਾਨ ਦਾਸ ਕੰਟੀਨ ਦਾ। ਆ 100 ਰੁਪਈਆ ਹੋਰ ਪੀਪਲ ਰੁਪਈਏ ਵਿੱਚੋਂ 30 ਨਿਕਲਣੇ ਨੇ ਯਾਰ, ਵਿੱਚ ਕਾਰਡ ਕਿੰਨੇ ਨੇ ਕਮਾਲ ਏ, ਕਾਰਡ ਚੱਲਦੇ ਨੇ ਕਾਰਡ ਵੀਰ ਮੇਰੇ ਯਾਰ। ਉਹ ਗੋਲ ਗੋਲ ਜੀਆਂ ਮੈਨੂੰ ਬੜੀਆਂ, ਉੱਥੇ ਬਹਿ ਕੇ ਪੀਣੀ ਹੈ ਚਾਹ ਵੀਰ ਬਣ ਕੇ। ਇਹ ਨੇ ਜੀ ਭਗਵਾਨ ਦਾਸ ਜੀ ਦੇ ਲੜਕੇ, 40 ਸਾਲਾਂ ਤੋਂ ਚੱਲ ਰਹੀ ਹੈ ਕੰਟੀਨ ਇਹ, ਅਤੇ ਇੱਥੋਂ ਨੂੰ ਕਟਾਉਣੀ ਆਪਾਂ ਪਰਚੀ। ਸੋ ਅਸੀਂ ਆ ਗਏ ਹਾਂ ਹੁਣ ਅੰਦਰ ਭਗਵਾਨ ਦਾਸ ਦੀ ਕੰਟੀਨ ਦੇ, ਜਿਹੜੀ ਕਿ 40 ਸਾਲਾਂ ਤੋਂ ਚੱਲ ਰਹੀ ਹੈ ਇਹ। ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬੜੀ ਮੇਨ ਕੰਟੀਨ ਅਤੇ ਵਧੀਆ ਮੰਨੀ ਜਾਂਦੀ ਹੈ। ਇੱਕ ਥੋੜ੍ਹੀ ਜਿਹੀ ਨਿਰਾਸ਼ਾ ਬੜੀ ਹੋਈ ਹੈ, ਵੈਸੇ ਮੈਂ ਬੜੇ ਚਿਰਾਂ ਬਾਅਦ ਇਸ ਥਾਂ 'ਤੇ ਆ ਕੇ ਬੈਠਣ ਲੱਗਾ, ਅਤੇ ਇਹ ਮਤਲਬ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕ ਇੱਥੇ ਬਹਿੰਦੇ ਨੇ, ਪਿੰਡਾਂ 'ਚੋਂ ਸ਼ਹਿਰਾਂ 'ਚੋਂ ਪੰਜਾਬ ਦੇ ਕੋਨੇ ਕੋਨੇ 'ਚੋਂ ਆ ਕੇ। ਅਤੇ ਥੋੜ੍ਹਾ ਇੱਧਰ ਵੇਖੋ ਬਣਿਆ ਕੀ ਉਹ, ਬੱਲੇ ਬੱਲੇ ਬੱਲੇ, ਇਹ ਤਾਂ ਮੈਂ ਦੂਰੋਂ ਤਾਰੀਫ ਕਰੀ ਜਾਂਦਾ ਇਸ ਚੀਜ਼ ਦੀ। ਡਸਟਬਿਨ ਉਹ ਪਏ ਨੇ, ਲੇਕਿਨ ਇੱਕ ਗੱਲ ਇਹ ਵੀ ਹੈ ਕਿ ਉਹ ਵੀ ਤੁੰਨੇ ਪਏ ਨੇ। ਓਹੋ, ਚਲੋ ਕੋਈ ਗੱਲ ਨਹੀਂ।